ਪ੍ਰੀਖਿਆਵਾਂ 'ਚ ਨਕਲ ਹੋਣਾ ਜਾਂ ਪੇਪਰਾਂ ਦਾ ਪਹਿਲਾਂ ਹੀ ਲੀਕ ਹੋ ਜਾਣਾ ਇਹ ਕੋਈ ਨਵੀਂ ਗੱਲ ਨਹੀਂ, ਪਰ ਵਿਦਿਆਰਥੀਆਂ ਤੇ ਦੇਸ਼ ਦੇ ਭਵਿੱਖ ਦੇ ਲਈ ਖਤਰਨਾਕ ਜ਼ਰੂਰ ਹੈ। ਲੋਕ ਨਕਲ ਕਰਨ ਲਈ ਨਵੇਂ ਤੋਂ ਨਵਾਂ ਤਰੀਕਾ ਅਪਣਾਉਂਦੇ ਨੇ। ਹੁਣ ਤਾਂ ਹਾਈਟੈਕ ਤਕਨੀਕਾਂ ਵੀ ਵਰਤੀਆਂ ਜਾਣ ਲੱਗੀਆਂ ਨੇ ਤੇ ਪੇਪਰ ਲੀਕ ਹੋਣ ਦੇ ਮਾਮਲੇ ਵੀ ਬੀਤੇ ਸਮੇਂ ਸਾਹਮਣੇ ਆਉਂਦੇ ਰਹੇ ਨੇ। ਪਰ ਹੁਣ ਇਸ ਨੂੰ ਲੈ ਕੇ ਕੇਂਦਰ ਪੂਰੀ ਤਰ੍ਹਾਂ ਸਖਤ ਹੋ ਚੁੱਕਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜ਼ਿਕਰ ਕੀਤਾ ਹੈ ਕਿ ਸਾਡੀ ਸਰਕਾਰ ਪੇਪਰ ਲੀਕ ਹੋਣ ਨੂੰ ਰੋਕਣ ਦੇ ਲਈ ਬਿੱਲ ਲਿਆਵੇਗੀ, ਜੋ ਹੁਣ ਲੋਕ ਸਭਾ ਦੇ ਵਿੱਚ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਦੇ ਵੱਲੋਂ ਪੇਸ਼ ਕੀਤਾ ਗਿਆ ਤੇ ਬਿੱਲ ਨੂੰ ਮਨਜ਼ੂਰੀ ਵੀ ਮਿਲ ਗਈ ਹੈ। ਲੋਕ ਸਭਾ 'ਚ ਜਨਤਕ ਪ੍ਰੀਖਿਆ ਬਿੱਲ ਪੇਸ਼ ਹੋਇਆ, ਜਿਸ ਦੇ ਵਿੱਚ ਨਕਲ ਤੇ ਪੇਪਰ ਲੀਕ ਕਰਨਾ ਅਪਰਾਧ ਹੋਵੇਗਾ, ਆਨਸਰ ਕੀ ਲੀਕ ਕਰਨਾ ਵੀ ਅਪਰਾਧ ਮੰਨਿਆ ਜਾਵੇਗਾ। ਕੰਪਿਊਟਰ ਨੈਟਵਰਕ ਜਾਂ ਸਿਸਟਮ ਦੇ ਨਾਲ ਛੇੜਛਾੜ ਕਰਨਾ ਵੀ ਅਪਰਾਧ ਹੋਵੇਗਾ। ਅਜਿਹੇ ਲੋਕਾਂ ਨੂੰ 3 ਤੋਂ 5 ਸਾਲ ਦੀ ਕੈਦ ਤੇ 10 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ। ਸੰਗਠਿਤ ਅਪਰਾਧ ਦੇ ਨਾਲ ਜੁੜੇ ਕੇਸ ਦੇ ਵਿੱਚ 10 ਸਾਲ ਤੱਕ ਦੀ ਸਜ਼ਾ ਹੋਵੇਗੀ। 1 ਕਰੋੜ ਰੁਪਏ ਜੁਰਮਾਨੇ ਦੀ ਵੀ ਤਜਵੀਜ਼ ਰੱਖੀ ਗਈ ਹੈ। ਸਰਵਿਸ ਪ੍ਰੋਵਾਈਡਰ ਤੇ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ। 8 ਸਾਲਾਂ ਦੇ ਵਿੱਚ ਹੁਣ ਤੱਕ 70 ਪੇਪਰ ਲੀਕ ਹੋਏ ਨੇ। UPSC, SSB, RRB, ਬੈਂਕਿੰਗ, ਨੀਟ, GCUAT ਵਰਗੀਆਂ ਪ੍ਰੀਖਿਆਵਾਂ ਇਸ ਦੇ ਦਾਇਰੇ ਦੇ ਵਿੱਚ ਹੋਣਗੀਆਂ ਤੇ ਬਿੱਲ ਦਾ ਫੋਕਸ ਸੰਗਠਿਤ ਅਪਰਾਧ, ਮਾਫੀਆ ਤੇ ਮਿਲੀ ਭੁਗਤ 'ਚ ਸ਼ਾਮਲ ਲੋਕਾਂ ਤੇ ਹੈ। ਇਸ ਦੇ ਜ਼ਰੀਏ ਵਿਦਿਆਰਥੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਬਿੱਲ ਵਿੱਚ ਉੱਚ ਪੱਧਰੀ ਤਕਨੀਕੀ ਕਮੇਟੀ ਬਣਾਉਣ ਦਾ ਪ੍ਰਸਤਾਵ ਵੀ ਹੈ। ਇਹ ਵੀ ਜ਼ਿਕਰ ਹੈ ਕਿ ਧਾਂਦਲੀ ਕਰਕੇ ਪ੍ਰੀਖਿਆ ਰੱਦ ਹੋਈ ਤਾਂ ਪ੍ਰੀਖਿਆ ਦਾ ਖਰਚ ਦੋਸ਼ੀ ਤੋਂ ਲਿਆ ਜਾਵੇਗਾ। ਸਰਕਾਰ ਨੇ ਇਹ ਕਦਮ ਸਿੱਖਿਆ ਸੰਸਥਾਵਾਂ ਦੇ ਵਿੱਚ ਦਾਖਲੇ ਲਈ, ਪ੍ਰੀਖਿਆਵਾਂ ਦੇ ਨਾਲ ਨਾਲ ਭਰਤੀ ਵਿੱਚ ਪਾਰਦਰਸ਼ਤਾ ਵਧਾਉਣ ਦੇ ਲਈ ਚੁੱਕਿਆ ਹੈ। ਹੁਣ ਇਹ ਬਿੱਲ ਰਾਜ ਸਭਾ ਤੋਂ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।